ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 4 ਮਈ 2024। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 4 ਮਈ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ, ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ, ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਲ ਹੀ ਵਿੱਚ ਕਿਹੜੀ ਰਾਜ ਸਰਕਾਰ ਨੇ 1 ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਬੀਮਾ ਯੋਜਨਾ ਸ਼ੁਰੂ ਕੀਤੀ ਹੈ? ਹਾਂਜੀ, 1 ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਈ ਬੀਮਾ ਯੋਜਨਾ ਸ਼ੁਰੂ ਕੀਤੀ ਪੰਜਾਬ ਦੀ ਗੌਰਮੈਂਟ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਹੁਣ ਪੰਜਾਬ ਦੀ ਗੌਰਮੈਂਟ ਨੇ ਬੀਮਾ ਯੋਜਨਾ ਸ਼ੁਰੂ ਕੀਤੀ। ਦੇਖੋ, ਜਿਹੜੀ ਬੀਮਾ ਯੋਜਨਾ ਇਹ ਸ਼ੁਰੂ ਤਾਂ 2007 ਦੇ ਵਿੱਚ ਕਰ ਦਿੱਤੀ ਗਈ ਸੀ, ਠੀਕ ਹੈ, ਪਰ ਇਸ ਦਾ ਵਿਦਿਆਰਥੀਆਂ ਨੇ ਕੋਈ ਲਾਭ ਨਹੀਂ ਹੋਇਆ ਸੀਗਾ, ਨਾ ਹੀ ਵਿਦਿਆਰਥੀ ਇਸਦਾ ਲਾਭ ਲੈ ਸਕੇ ਨੌਲੇਜ ਘੱਟ ਹੋਣ ਦੀ ਵਜ੍ਹਾ ਕਰਕੇ, ਜਾਂ ਇਹ ਕਹਿ ਸਕਦੇ ਹਾਂ ਕਿ ਉਸ ਸਮੇਂ ਇੰਟਰਨੈਟ ਹੀ ਬਹੁਤ ਘੱਟ ਚੱਲ ਰਿਹਾ ਸੀ, ਠੀਕ ਹੈ। ਪਰ ਸਿੱਖਿਆ ਵਿਭਾਗ ਨੇ ਇਸ ਲਈ ਹੁਣ 1 ਕਰੋੜ ਰੁਪਏ ਦਾ ਬਜਟ ਰੱਖਿਆ। 17 ਸਾਲਾਂ ਵਿੱਚ ਸਿਰਫ 1 ਦਰਜਨ ਤੋਂ ਘੱਟ ਵਿਦਿਆਰਥੀ ਇਸਦਾ ਲਾਭ ਲੈ ਸਕੇ ਆ, ਜਾਣੀ ਕਿ 12 ਤੋਂ ਵੀ ਘੱਟ ਵਿਦਿਆਰਥੀ ਇਸਦਾ ਲਾਭ ਲੈ ਸਕੇ ਆ। ਹੁਣ ਇਸ ਨੂੰ ਲਾਗੂ ਕਰਨ ਦੀਆਂ ਹਦਾਇਤਾਂ 29 ਅਪ੍ਰੈਲ ਤੋਂ ਜਾਰੀ ਕੀਤੀਆਂ ਗਈਆਂ ਨੇ ਤੇ ਬੀਮਾ ਪਾਲਿਸੀ ਵਿੱਚ ਬੀਮਾ ਪ੍ਰੀਮੀਅਰ ਹਰ ਸਾਲ ਪ੍ਰਤੀ ਵਿਦਿਆਰਥੀ 2.10+8% ਸਰਵਿਸ ਟੈਕਸ ਹੋਵੇਗਾ। ਵਿਦਿਆਰਥੀਆਂ ਨੂੰ ਸਾਰੇ ਦਿਨਾਂ ਲਈ 24 ਘੰਟੇ ਦੇ ਆਧਾਰ ਤੇ ਕਵਰ ਕੀਤਾ ਜਾਵੇਗਾ ਤੇ ਵਿਦਿਆਰਥੀਆਂ ਨੂੰ ਕਿਸੇ ਦੁਰਘਟਨਾ, ਮੌਤ ਜਾਂ ਅਪੰਗਤਾ ਦੀ ਸਥਿਤੀ ਵਿੱਚ ਡਾਕਟਰੀ ਇਲਾਜ ਆ ਜਿਹੜਾ ਇਸ ਬੀਮੇ ਦੇ ਵਿੱਚ ਕਵਰ ਕੀਤਾ ਜਾਵੇਗਾ। ਦੁਰਘਟਨਾ ਕਾਰਨ ਮੌਤ, ਦੋਵੇਂ ਅੱਖਾਂ ਦੇ ਨੁਕਸਾਨ ਜਾਂ ਅਪੰਗਤਾ ਦੀ ਸਥਿਤੀ ਵਿੱਚ 50,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਇੱਕ ਅੱਖ ਦੇ ਨੁਕਸਾਨ ਜਾਂ ਇੱਕ ਅੰਗ ਦੇ ਨੁਕਸਾਨ ਦੀ ਸਥਿਤੀ ਵਿੱਚ 25,000 ਰੁਪਏ, ਦੁਰਘਟਨਾ ਜਾਂ ਦੁਰਘਟਨਾ ਕਾਰਨ ਮੈਡੀਕਲ ਖਰਚਾ 5,000 ਰੁਪਏ ਹੋਵੇਗਾ, ਵੀਲਚੇਅਰ, ਨਕਦੀਕ ਅੰਗ ਆਦਿ ਲਈ 5,000 ਰੁਪਏ ਦਾ ਦਾਅਵਾ ਕੀਤਾ ਗਿਆ ਹੈ ਇਸ ਯੋਜਨਾ ਦੇ ਵਿੱਚ। ਇਹ ਮੈਂ ਤਾਂ ਤੁਹਾਨੂੰ ਇੰਪੋਰਟੈਂਟ ਫੈਕਟ ਕਰਵਾਇਆ ਕਿਉਂਕਿ ਪੰਜਾਬ ਪੁਲਿਸ ਕਾਂਸਟੇਬਲ 2023 ਦੇ ਤੁਸੀਂ ਐਗਜ਼ਾਮ ਦੇਖ ਸਕਦੇ ਹੋ, ਕੁਐਸਚਨ ਪੇਪਰ ਦੇਖੋ, ਉਹਨਾਂ ਦੇ ਕਰੰਟ ਅਫੇਅਰ ਕਿੰਨੀ ਜ਼ਿਆਦਾ ਘੁਮਾ ਫਿਰਾ ਕੇ, ਮਤਲਬ ਪੂਰੀ ਥਿਊਰੀ ਟਾਈਪ ਪੁੱਛੀ ਗਈ ਹੈ ਕਿ ਪੂਰੀ ਥਿਊਰੀ ਟਾਈਪ ਇੱਕ ਪੈਰਾ ਦਿੱਤਾ ਫਿਰ ਉਹਦਾ ਆਂਸਰ ਪੁੱਛਿਆ ਗਿਆ ਵਾ ਐਂਡ 'ਤੇ, ਤਾਂ ਮੈਂ ਸਾਰੇ ਇੰਪੋਰਟੈਂਟ ਫੈਕਟ ਕਰਵਾਏ ਆ। ਹੁਣ ਪੰਜਾਬ ਸਰਕਾਰ ਨੇ ਇਸ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ, ਪੰਜਾਬ ਦੀ ਕੈਪੀਟਲ ਕੀ ਆ? ਚੰਡੀਗੜ੍ਹ। ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਅਤੇ ਗਵਰਨਰ ਆ ਬਨਵਾਰੀ ਲਾਲ ਪੁਰੋਹਿਤ। ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂ ਗਾ, ਪਰ ਪੰਜਾਬ ਦੇ ਵਿੱਚ ਵਾਈਲਡ ਲਾਈਫ ਸੈਂਚੁਰੀਜ਼ ਕਾਫੀ ਜ਼ਿਆਦਾ ਨੇ, ਠੀਕ ਹੈ। ਅਤੇ ਪੰਜਾਬ ਦੀ ਕੈਪੀਟਲ ਤਾਂ ਮੈਂ ਤੁਹਾਨੂੰ ਦੱਸ ਦਿੱਤੀ ਹੈ, ਚੰਡੀਗੜ੍ਹ ਆ। ਇਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਕੈਪੀਟਲ ਆ, ਠੀਕ ਹੈ। ਅਤੇ ਪੰਜਾਬ ਵਿੱਚ 3 ਦਰਿਆ ਵਗਦੇ ਆ, ਸਤਲੁਜ ਪੰਜਾਬ ਦੇ 9 ਜ਼ਿਲ੍ਹਿਆਂ ਚੋਂ ਲੰਘਦਾ, ਰਾਵੀ ਪੰਜਾਬ ਦੇ 3 ਜ਼ਿਲ੍ਹਿਆਂ ਚੋਂ ਲੰਘਦਾ, ਬਿਆਸ ਪੰਜਾਬ ਦੇ 6 ਜ਼ਿਲ੍ਹਿਆਂ ਚੋਂ ਲੰਘਦਾ। ਪੰਜਾਬ ਵਿੱਚ 13 ਵਾਈਲਡ ਲਾਈਫ ਸੈਂਚੁਰੀਜ਼ ਆ, ਜਿਨ੍ਹਾਂ ਦੇ ਵਿੱਚੋਂ 1 ਮਾਲਕੀਅਤ ਵਾਲੀ ਆ ਅਤੇ 12 ਮਤਲਬ ਸਰਕਾਰ ਦੇ ਅੰਡਰ ਆਉਂਦੀਆਂ ਵਾ, ਠੀਕ ਹੈ। ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਹੈ, ਕਿਸ ਨੂੰ ਲੱਗ ਰਹੀ ਆ? ਪਾਕਿਸਤਾਨ ਨੂੰ, ਇੱਕ ਦੇਸ਼ ਆ ਜਿਸ ਨੂੰ ਲੱਗ ਰਹੀ ਆ। ਅਤੇ ਇਸ ਤੋਂ ਇਲਾਵਾ 3 ਰਾਜ ਆ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ, ਇਹਨਾਂ ਨੂੰ ਪੰਜਾਬ ਦੀ ਹੱਦ ਲੱਗਦੀ ਆ। ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਆ, ਜਿਨ੍ਹਾਂ ਨੂੰ ਪੰਜਾਬ ਦੀ ਹੱਦ ਲੱਗ ਰਹੀ ਆ, ਠੀਕ ਹੈ। ਅਤੇ ਪੰਜਾਬ ਦੇ ਵਿੱਚ ਅਬੋਹਰ ਵਾਈਲਡ ਲਾਈਫ ਸੈਂਚੁਰੀ ਆ, ਜਿਹੜੀ ਕਾਲੇ ਹਿਰਨ ਲਈ ਮਸ਼ਹੂਰ ਆ। ਇੱਥੋਂ ਦੇ ਫੇਮਸ ਲੋਕ ਨਾਚ ਆ ਭੰਗੜਾ, ਝੂਮਰ,
ਲੁੱਡੀ, ਜੁੱਲੀ, ਡਾਕਰਾ ਅਤੇ ਧੂਮਲ ਇਹ ਮਰਦ ਲੋਕ ਨਾਚ ਆ। ਇਸਤਰੀ ਲੋਕ ਨਾਚ ਆ ਸੰਮੀ, ਗਿੱਧਾ, ਜਾਗੋ, ਕਿੱਕਲੀ। ਪੰਜਾਬ ਦੇ ਉੱਤਰ ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ, ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ। ਪੰਜਾਬ ਦਾ ਰਾਜ ਪਸ਼ੂ ਆ ਕਾਲਾ ਹਿਰਨ, ਰਾਜ ਪੰਛੀ ਵਾਜ਼ ਆ, ਰਾਜ ਦਰਖਤ ਟਾਹਲੀ ਆ, ਰਾਜ ਪਸ਼ੂ ਆ ਰਾਜ ਜਲ ਜੀਵ ਆ ਸਿੰਧ ਨਦੀ ਦੀ ਡੋਲਫਿਨ, ਰਾਜ ਫੁੱਲ ਆ ਗਲੇਡੀਓਲਸ ਜਿਹਨੂੰ ਅਸੀਂ ਲਿਲੀ ਵੀ ਬੋਲ ਦਿੰਦੇ ਹਾਂ, ਰਾਜ ਭਾਸ਼ਾ ਪੰਜਾਬੀ ਆ, ਰਾਜ ਨਾਚ ਆ ਭੰਗੜਾ। ਨੈਕਸਟ ਹੈ, ਹਾਲ ਹੀ ਵਿੱਚ 46ਵੀਂ ਅੰਟਾਰਕਟਿਕ ਸੰਧੀ ਸਲਾਹਕਾਰ ਮੀਟਿੰਗ ਦੀ ਮੇਜ਼ਬਾਨੀ ਕੌਣ ਕਰੇਗਾ? ਹਾਂਜੀ, ਭਾਰਤ ਅੰਟਾਰਕਟਿਕ ਸੰਧੀ ਸਲਾਹਕਾਰ ਦੀ ਮੇਜ਼ਬਾਨੀ ਕਰੇਗਾ ਅਤੇ ਜਿਹੜੀ ਸੰਧੀ ਆ 46ਵੀਂ ਸੰਧੀ ਹੋਈ ਆ, ਠੀਕ ਹੈ, ਅਤੇ ਇਸਦੀ ਮੇਜ਼ਬਾਨੀ ਕੌਣ ਕਰ ਰਿਹਾ? ਸਾਡਾ ਦੇਸ਼ ਭਾਰਤ। ਇਸ ਸੰਧੀ ਦਾ ਪਰਪਜ਼ ਆ ਐਜੂਕੇਸ਼ਨ ਪਰਪਜ਼ ਦੇ ਲਈ ਇਹ ਕੀਤੀ ਗਈ ਆ, ਇੱਕ ਰਿਸਰਚ ਦੇ ਲਈ ਕੀਤੀ ਗਈ ਆ, ਠੀਕ ਹੈ, ਰਿਸਰਚ ਦੇ ਵਿੱਚ ਇਹਦੇ ਕਾਫੀ ਜ਼ਿਆਦਾ ਮਤਲਬ ਕਿ ਫਾਇਦੇ ਹੋਣਗੇ, ਤਾਂ ਆਪਸ਼ਨ ਬੀ ਇੱਥੇ ਰਾਈਟ ਆਂਸਰ ਹੈ, ਇਸਦੀ ਮੇਜ਼ਬਾਨੀ ਕਰੇਗਾ ਸਾਡਾ ਦੇਸ਼ ਭਾਰਤ। ਹੁਣ ਭਾਰਤ ਕਰੇਗਾ ਤਾਂ ਦੇਖ ਸਕਦੇ ਹੋ ਤੁਸੀਂ ਭਾਰਤ ਦਾ ਮੈਪ ਜਿਹੜਾ ਕਿ 28 ਰਾਜਾਂ ਪਲੱਸ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮਿਲ ਕੇ ਬਣਿਆ, ਇਹਨੂੰ ਬੋਲਦੇ ਆ ਜੀ ਸਾਡਾ ਦੇਸ਼ ਭਾਰਤ, ਜਿਹੜਾ ਕਿ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਸੰਘ ਆ, ਠੀਕ ਹੈ। ਅਤੇ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ, ਭਾਰਤ ਦੀ ਕਰੰਸੀ ਆ ਇੰਡੀਅਨ ਰੁਪਈਆ, ਇੱਥੋਂ ਦੇ ਪ੍ਰੈਜ਼ੀਡੈਂਟ ਆ ਦ੍ਰੌਪਦੀ ਮੁਰਮੂ ਜੀ, ਪ੍ਰਾਈਮ ਮਿਨਿਸਟਰ ਆ ਨਰਿੰਦਰ ਮੋਦੀ ਜੀ। ਜਨਸੰਖਿਆ ਦੇ ਪੱਖੋਂ ਪੂਰੀ ਦੁਨੀਆ ਦੇ ਵਿੱਚ ਨੰਬਰ 1 ਤੇ ਆ ਗਿਆ ਸਾਡਾ ਦੇਸ਼ ਭਾਰਤ ਜਨਸੰਖਿਆ ਦੇ ਪੱਖੋਂ, ਪਰ ਜੇਕਰ 2011 ਦੀ ਜਨਗਣਨਾ ਦੀ ਗੱਲ ਕਰੀਏ ਤਾਂ ਦੂਜੇ ਨੰਬਰ 'ਤੇ ਆ। ਪੂਰੀ ਦੁਨੀਆ ਵਿੱਚ ਦਾਲਾਂ ਦੇ ਉਤਪਾਦਨ ਦੇ ਵਿੱਚ ਪਹਿਲੇ ਨੰਬਰ 'ਤੇ ਆ ਭਾਰਤ, ਦੁੱਧ ਦੇ ਉਤਪਾਦਨ ਵਿੱਚ ਪਹਿਲੇ ਨੰਬਰ 'ਤੇ ਆ ਭਾਰਤ, ਅਰਥ ਵਿਵਸਥਾ ਵਿੱਚ ਭਾਰਤ ਦਾ 5ਵਾਂ ਸਥਾਨ, ਖੇਤਰਫਲ ਪੱਖੋਂ ਭਾਰਤ ਦਾ 7ਵਾਂ ਸਥਾਨ, ਦੁੱਧ ਉਤਪਾਦਨ ਦੇ ਵਿੱਚ ਟੌਪ 'ਤੇ ਆ ਅਤੇ ਭਾਰਤ ਦੇ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਆ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਚੀਨ, ਬਰਮਾ, ਬਾਂਗਲਾਦੇਸ਼, ਭੂਟਾਨ। ਭਾਰਤ ਦੇ ਮੱਧ ਵਿੱਚੋਂ ਕਰਕ ਰੇਖਾ ਲੰਘਦੀ ਆ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਭਾਰਤ ਦੇ ਨਾਲ ਰਿਲੇਟਿਡ। ਅਤੇ ਭਾਰਤ ਵਿੱਚ ਏਸ਼ੀਆ ਵਿੱਚ ਭਾਰਤ ਵਿਦੇਸ਼ੀ ਫੰਡਾਂ ਦਾ ਸਭ ਤੋਂ ਵੱਡਾ ਆਕਰਸ਼ਕ ਬਣਿਆ, ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੂਜਾ ਮੋਬਾਈਲ ਫੋਨ ਉਤਪਾਦਕ ਬਣਿਆ, ਭਾਰਤੀ ਵਿਗਿਆਨੀਆਂ ਨੇ ਕੇਲੇ ਦੇ ਸਿਲਕੇ ਤੋਂ ਈਕੋ ਬ੍ਰਿੰਡ ਡਰੈਸਿੰਗ ਬਣਾਈ, ਭਾਰਤ ਦੀ ਪਹਿਲੀ ਮਹਿਲਾ ਰੋਬੋਟ ਬਾਇਓ ਮਿੱਤਰਾ ਪੁਲਾੜ ਵਿੱਚ ਉਡਾਨ ਭਰੇਗੀ, ਹੈਨਲੇ ਪਾਸਪੋਰਟ ਇੰਡੈਕਸ 2024 ਵਿੱਚ ਭਾਰਤੀ ਪਾਸਪੋਰਟ 85ਵੇਂ ਸਥਾਨ 'ਤੇ ਰਿਹਾ, ਡੈਨਮਾਰਕ ਨੇ ਭਾਰਤ ਵਿੱਚ ਗ੍ਰੀਨ ਫਿਊਲ ਅਲਾਇੰਸ ਲਾਂਚ ਕੀਤਾ, ਸ਼੍ਰੀਲੰਕਾ ਲਈ ਸੈਰ ਸਪਾਟਾ ਸਰੋਤ ਵਜੋਂ ਭਾਰਤ ਟੌਪ 'ਤੇ ਰਿਹਾ। ਨੈਕਸਟ ਹੈ, ਕਿਸ ਨੇ ਹਾਲ ਹੀ ਵਿੱਚ NISE ਦੇ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲਿਆ? ਹਾਂਜੀ, NISE ਜਾਣੀ ਕਿ ਨੈਸ਼ਨਲ ਇੰਸਟੀਚਿਊਟ ਆਫ ਸੋਲਰ ਐਨਰਜੀ, ਇਸ ਦੇ ਡਾਇਰੈਕਟਰ ਜਨਰਲ ਵਜੋਂ ਆਉਂਦਾ ਸੰਭਾਲਿਆ ਮੁਹੰਮਦ ਰਿਹਾਨ ਨੇ, ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ, ਤਾਂ ਨਰਸਿੰਘ ਜਾਧਵ ਨੂੰ WFI ਐਥਲੀਟ ਪੈਨਲ ਦਾ ਚੇਅਰਮੈਨ ਚੁਣਿਆ ਗਿਆ, ਨੇਮਾ ਖਾਤੂਨ ਨੂੰ AMU ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਚੁਣਿਆ ਗਿਆ, ਭਾਰਤ ਦੀ ਗੀਤਾ ਸਬਰਵਾਲ ਨੂੰ ਇੰਡੋਨੇਸ਼ੀਆ ਵਿੱਚ ਸੰਯੁਕਤ ਰਾਸ਼ਟਰ ਦੀ ਸਥਾਨਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ, ਰਾਜੀਤ ਗਾਵਾ ਨੂੰ LGBTQ+ ਭਾਈਚਾਰੇ ਅਤੇ ਕੇਂਦਰ ਸਰਕਾਰ ਦੀ ਕਮੇਟੀ ਦਾ ਮੁਖੀ ਚੁਣਿਆ ਗਿਆ, ਪ੍ਰਗਿਆ ਮਿਸਰਾ ਨੇ ਭਾਰਤ ਵਿੱਚ OpenAI ਦੀ ਪਹਿਲੀ ਕਰਮਚਾਰੀ ਨਿਯੁਕਤ ਕੀਤਾ ਗਿਆ, ਸੌਰਵ ਗਰਗ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵਧੀਕ ਸਕੱਤਰ ਬਣੇ, ਭਾਰਤ ਪੇ ਨੇ ਨਲਿਨ ਨੇਗੀ ਨੂੰ ਆਪਣਾ ਨਵਾਂ CEO ਬਣਾਇਆ। ਨੈਕਸਟ ਹੈ,
ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦੁਆਰਾ ਹਾਲ ਹੀ ਵਿੱਚ ਗ੍ਰੈਂਡ ਮਾਸਟਰ ਦੇ ਖਿਤਾਬ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ? ਹਾਂਜੀ, ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦੁਆਰਾ ਗ੍ਰੈਂਡ ਮਾਸਟਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਵੈਸ਼ਾਲੀ ਰਮੇਸ਼ ਬਾਬੂ ਨੂੰ। ਵੈਰੀ ਵੈਰੀ ਇੰਪੋਰਟੈਂਟ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਵਿਸ਼ਾਲੀ ਰਮੇਸ਼ ਬਾਬੂ। ਨੈਕਸਟ ਹੈ, ਕਿਸ ਨੇ ਹਾਲ ਹੀ ਵਿੱਚ ਭਾਰਤ ਦੀ ਪਹਿਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਸੰਚਾਲਿਤ ਟੈਕਸ ਫਾਈਲਿੰਗ ਐਪ ਪੇਸ਼ ਕੀਤੀ ਹੈ? ਹਾਂਜੀ, ਭਾਰਤ ਦੀ ਪਹਿਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਸੰਚਾਲਿਤ ਟੈਕਸ ਫਾਈਲਿੰਗ ਐਪ ਵਿਕਸਿਤ ਕੀਤੀ ਈਜ਼ੈਡ ਟੈਕਸ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹਾਲ ਹੀ ਵਿੱਚ ਵਿਸ਼ਵ ਟੂਨਾ ਦਿਵਸ ਕਦੋਂ ਮਨਾਇਆ ਗਿਆ? ਹਾਂਜੀ, ਵਿਸ਼ਵ ਟੂਨਾ ਦਿਵਸ ਇਹ 2 ਮਈ ਨੂੰ ਮਨਾਇਆ ਗਿਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਟੂਨਾ ਇੱਕ ਮੱਛੀ ਦਾ ਨਾਮ ਆ ਜਿਸ 'ਤੇ ਬਹੁਤ ਸਾਰੇ ਦੇਸ਼ ਆ ਜਿਹੜੇ ਉਹ ਫੂਡ ਦੇ ਲਈ ਡਿਪੈਂਡ ਆ ਟੂਨਾ 'ਤੇ। ਠੀਕ ਹੈ, ਬਹੁਤ ਸਾਰੇ ਦੇਸ਼ ਭੋਜਨ ਦੇ ਲਈ ਟੂਨਾ 'ਤੇ ਡਿਪੈਂਡ ਆ। ਟੂਨਾ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ ਵਿਸ਼ਵ ਟੂਨਾ ਦਿਵਸ ਮਨਾਇਆ ਜਾਂਦਾ 2 ਮਈ ਨੂੰ। ਵਿਸ਼ਵ ਟੂਨਾ ਦਿਵਸ ਹਰ ਸਾਲ 2 ਮਈ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ। ਟੂਨਾ ਮੱਛੀ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਸੰਯੁਕਤ ਰਾਸ਼ਟਰ ਦੁਆਰਾ ਮਨਾਇਆ ਜਾਂਦਾ ਇਸ ਨੂੰ। ਇਹ ਪਹਿਲੀ ਵਾਰ 2017 ਵਿੱਚ ਮਨਾਇਆ ਗਿਆ ਅਤੇ ਸੰਯੁਕਤ ਰਾਸ਼ਟਰ ਦੇ ਅਨੁਸਾਰ ਦੁਨੀਆ ਦੇ ਬਹੁਤ ਸਾਰੇ ਦੇਸ਼ ਭੋਜਨ ਸੁਰੱਖਿਆ ਅਤੇ ਪੋਸ਼ਣ ਦੋਵਾਂ ਦੇ ਲਈ ਟੂਨਾ ਮੱਛੀ 'ਤੇ ਹੀ ਡਿਪੈਂਡ ਆ। ਟੂਨਾ ਮੱਛੀ ਪਾਲਣ ਵਰਤਮਾਨ ਵਿੱਚ 96 ਤੋਂ ਵੱਧ ਦੇਸ਼ਾਂ ਵਿੱਚ ਆਯੋਜਿਤ ਕੀਤਾ ਜਾਂਦਾ ਅਤੇ ਸਮਰੱਥਾ ਲਗਾਤਾਰ ਵੱਧ ਹੀ ਰਹੀ ਹੈ ਇਸ ਦੀ। ਨੈਕਸਟ ਹੈ, ਹਾਲ ਹੀ ਵਿੱਚ ਭਾਰਤ ਅਗਲੇ 5 ਸਾਲਾਂ ਲਈ ਕਿਸ ਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਿਖਲਾਈ ਦੇਵੇਗਾ? ਹਾਂਜੀ, ਭਾਰਤ ਅਗਲੇ 5 ਸਾਲਾਂ ਲਈ ਬੰਗਲਾਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਿਖਲਾਈ ਦੇਵੇਗਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਜਾਣੀ ਕਿ ਭਾਰਤ 2025 ਤੋਂ ਲੈ ਕੇ 2030 ਤੱਕ ਬੰਗਲਾਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਿਖਲਾਈ ਦੇਵੇਗਾ 2030 ਤੱਕ। ਠੀਕ ਹੈ, ਹੁਣ ਬੰਗਲਾਦੇਸ਼ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼। ਬੰਗਲਾਦੇਸ਼ ਦੀ ਕੈਪੀਟਲ ਕੀ ਆ? ਬੰਗਲਾਦੇਸ਼ ਦੀ ਕੈਪੀਟਲ ਆ ਜੀ ਢਾਕਾ। ਕਰੰਸੀ ਆ ਟਕਾ। ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਸ਼ੇਖ ਹਸੀਨਾ। ਪ੍ਰੈਜ਼ੀਡੈਂਟ ਆ ਮੁਹੰਮਦ ਸ਼ਹਾਬੂਦੀਨ। ਬੰਗਲਾਦੇਸ਼ ਦੀ ਭਾਰਤ ਨਾਲ ਸਭ ਤੋਂ ਜ਼ਿਆਦਾ ਹੱਦ ਲੱਗਦੀ ਆ। ਟੋਟਲ 4096 ਕਿਲੋਮੀਟਰ ਦੀ ਹੱਦ ਭਾਰਤ ਦੀ ਲੱਗਦੀ ਆ ਬੰਗਲਾਦੇਸ਼ ਦੇ ਨਾਲ। ਬੰਗਲਾਦੇਸ਼ ਨਾਲ ਭਾਰਤ ਦੇ 5 ਰਾਜਾਂ ਦੀ ਹੱਦ ਲੱਗਦੀ ਆ। ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ। ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ। ਇੰਡੀਆ ਅਤੇ ਬੰਗਲਾਦੇਸ਼ ਦੇ ਵਿਚਕਾਰ ਸੰਪ੍ਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਆ। ਬੰਗਲਾਦੇਸ਼ ਦੀ ਸੰਸਦ ਦਾ ਨਾਮ ਆ ਜਾਤੀ ਸੰਸਦ ਅਤੇ ਰਾਸ਼ਟਰੀ ਸੰਸਦ। ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ। ਬ੍ਰਹਮਪੁੱਤਰ ਨਦੀ ਨੂੰ ਯਮੁਨਾ ਨਾਲ ਜਾਣਿਆ ਜਾਂਦਾ। ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਆ ਸੁਰਮਾ ਨਦੀ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁਸਲਿਮ ਦੇਸ਼ਾਂ ਲਈ ਸਾਂਝੀ ਮੁਦਰਾ ਦੀ ਵਕਾਲਤ ਕੀਤੀ। ਬੰਗਲਾਦੇਸ਼ ਵਿੱਚ 2 ਰੋਜ਼ਾ ਨਜ਼ਰੂਲ ਉਤਸਵ ਸ਼ੁਰੂ ਹੋਇਆ। ਢਾਕਾ ਵਿੱਚ ਖਾਸੀ ਆਜ਼ਾਦੀ ਘੁਲਾਟੀਏ ਯੂ ਤਿਰੋਟ ਸਿੰਘ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਬੰਗਲਾਦੇਸ਼ ਨੇ ਅੰਡਰ 19 ਏਸ਼ੀਆ ਕੱਪ ਦਾ ਖਿਤਾਬ ਜਿੱਤਿਆ। ਭਾਰਤ ਅਤੇ ਬੰਗਲਾਦੇਸ਼ ਦੀਆਂ ਜਲ ਸੈਨਾਵਾਂ ਨੇ ਬੋਂਗੋ ਸਾਗਰ 23 ਦਾ ਆਯੋਜਨ ਕੀਤਾ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਪਦਮਾ ਬਿਰਜ ਰੇਲ ਲਿੰਕ ਦਾ ਉਦਘਾਟਨ ਕੀਤਾ। ਨੈਕਸਟ ਹੈ, ਭਾਰਤੀ ਫੌਜ ਅਤੇ ਪੁਨੀਤ ਬਾਲਨ ਗਰੁੱਪ ਨੇ ਹਾਲ ਹੀ ਵਿੱਚ ਪਹਿਲਾ ਸੰਵਿਧਾਨ ਗਾਰਡਨ ਕਿੱਥੇ ਬਣਾਇਆ? ਹਾਂਜੀ, ਭਾਰਤੀ ਫੌਜ ਅਤੇ ਪੁਨੀਤ ਬਾਲਨ ਗਰੁੱਪ ਨੇ ਪਹਿਲਾ ਸੰਵਿਧਾਨ ਗਾਰਡਨ ਬਣਾਇਆ ਵਾ ਪੁਣੇ ਦੇ ਵਿੱਚ, ਮਹਾਰਾਸ਼ਟਰ ਦੇ ਪੁਣੇ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਹਾਲ ਹੀ ਵਿੱਚ ਭਾਰਤ ਵਿੱਚ ਬੈਡਮਿੰਟਨ ਵਰਲਡ ਫੈਡਰੇਸ਼ਨ
ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2025 ਦੀ ਮੇਜ਼ਬਾਨੀ ਕੌਣ ਕਰੇਗਾ? ਪਹਿਲਾਂ ਤਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ, ਵਰਲਡ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2025 ਇਹਦਾ ਆਯੋਜਨ ਕਿਹੜਾ ਦੇਸ਼ ਕਰੇਗਾ ਜਾਂ ਇਸਦੀ ਮੇਜ਼ਬਾਨੀ ਕਿਹੜਾ ਦੇਸ਼ ਕਰੇਗਾ? ਸਾਡਾ ਦੇਸ਼ ਭਾਰਤ। ਅਤੇ ਭਾਰਤ ਦੇ ਕਿੱਥੇ ਹੋਣਗੀਆਂ ਇਹ? ਅਸਮ ਰਾਜ ਦੇ ਗੁਹਾਟੀ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ, ਬਹੁਤ ਇੰਪੋਰਟੈਂਟ ਆ ਇਹ। ਨੈਕਸਟ, ਦਿੱਲੀ ਬੇਰੀ ਨੇ ਹਾਲ ਹੀ ਵਿੱਚ ਇੱਕ ਆਲ ਵੂਮੈਨ ਲੋਜਿਸਟਿਕ ਹੱਬ ਕਿੱਥੇ ਲਾਂਚ ਕੀਤੀ? ਹਾਂਜੀ, ਦਿੱਲੀ ਬੇਰੀ ਨੇ ਰੀਸੈਂਟਲੀ ਇੱਕ ਆਲ ਵੂਮੈਨ ਲੋਜਿਸਟਿਕ ਹੱਬ ਲਾਂਚ ਕੀਤੀ ਆ ਰਾਜਸਥਾਨ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਤਾਂ ਦੇਖ ਸਕਦੇ ਹੋ ਹੁਣ ਤੁਸੀਂ ਫਿਰ ਮੈਪ ਦੇ ਵਿੱਚ ਰਾਜਸਥਾਨ, ਜਦੋਂ ਵੀ ਰਾਜਸਥਾਨ ਬਾਰੇ ਸੁਣੋ ਤਾਂ ਤੁਹਾਡੇ ਮਾਇੰਡ ਦੇ ਵਿੱਚ ਇਹ ਹਮੇਸ਼ਾ ਆਉਣਾ ਚਾਹੀਦਾ ਕਿ ਰਾਜਸਥਾਨ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਹੜਾ ਕਿ ਖੇਤਰਫਲ ਦੇ ਪੱਖੋਂ ਸਭ ਤੋਂ ਵੱਡਾ ਵਾ। ਰਾਜਸਥਾਨ ਦੀ ਕੈਪੀਟਲ ਆ ਜੈਪੁਰ, ਚੀਫ ਮਿਨਿਸਟਰ ਆ ਭਜਨ ਲਾਲ ਸ਼ਰਮਾ, ਗਵਰਨਰ ਆ ਕਲਰਾਜ ਮਿਸਰਾ। ਰਾਜਸਥਾਨ ਦੇ ਵਿੱਚ ਸਰਿਸਕਾ ਨੈਸ਼ਨਲ ਪਾਰਕ ਆ, ਰਣਥੰਬੋਰ ਨੈਸ਼ਨਲ ਪਾਰਕ ਆ, ਡਿਜ਼ਰਟ ਨੈਸ਼ਨਲ ਪਾਰਕ ਆ, ਮੁਕੁੰਦਰਾ ਨੈਸ਼ਨਲ ਪਾਰਕ ਆ, ਕੁੰਭਲਗੜ੍ਹ ਨੈਸ਼ਨਲ ਪਾਰਕ ਆ, ਕਿਉਲਾ ਦਿਓ ਨੈਸ਼ਨਲ ਪਾਰਕ ਆ। ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਆ ਰਾਜਸਥਾਨ। ਨੈਕਸਟ ਹੈ, ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਦੇ ਸੁਰੱਖਿਆ ਬਲਾਂ ਨੇ ਨਵੀਂ ਦਿੱਲੀ ਵਿੱਚ ਇੱਕ ਸੰਯੁਕਤ ਸੁਰੱਖਿਆ ਅਭਿਆਸ ਕੀਤਾ? ਹਾਂਜੀ, ਭਾਰਤ ਅਤੇ ਇਜ਼ਰਾਈਲ ਦੇਸ਼ ਦੇ ਸੁਰੱਖਿਆ ਬਲਾਂ ਨੇ ਨਵੀਂ ਦਿੱਲੀ ਵਿੱਚ ਇੱਕ ਸੰਯੁਕਤ ਸੁਰੱਖਿਆ ਅਭਿਆਸ ਕੀਤਾ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ, ਇਜ਼ਰਾਈਲ। ਹੁਣ ਇਜ਼ਰਾਈਲ ਅਤੇ ਭਾਰਤ ਦਿਆਂ ਨੇ ਕੀਤਾ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਇਜ਼ਰਾਈਲ। ਇਜ਼ਰਾਈਲ ਦੀ ਕੈਪੀਟਲ ਆ ਯਰੂਸਲਮ, ਕਰੰਸੀ ਇਜ਼ਰਾਈਲੀ ਨਿਊ ਸੈਕਲ, ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ। ਇਜ਼ਰਾਈਲ ਨੇ ਹਮਾਸ ਵਿਰੋਧ ਚੱਲ ਰਹੀ ਲੜਾਈ ਨੂੰ ਆਪਰੇਸ਼ਨ ਆਇਰਨ ਤਲਵਾਰ ਕੋਡ ਦਾ ਨਾਮ ਦਿੱਤਾ। ਇਜ਼ਰਾਈਲ ਨੇ ਆਪਣੇ ਅੰਤਿ ਆਧੁਨਿਕ ਆਰਟੀਫਿਸ਼ਲ ਇੰਟੈਲੀਜੈਂਸ ਸੰਚਾਲਿਤ ਲੜਾਈ ਟੈਂਕ ਬਰਾਕ ਦਾ ਉਦਘਾਟਨ ਕੀਤਾ। ਇਜ਼ਰਾਈਲੀ ਖੋਜਕਰਤਾਵਾਂ ਨੇ ਸਟੈਮ ਸੈੱਲਾਂ ਤੋਂ ਨਕਲੀ ਭਰੂਣ ਬਣਾਏ। BEL ਨੇ ਇਜ਼ਰਾਈਲ ਦੇ ਐਰੋਸਪੇਸ ਇੰਡਸਟਰੀਜ਼ ਨਾਲ ਸਮਝੌਤਾ ਕੀਤਾ। ਇਜ਼ਰਾਈਲ 60% ਤੋਂ ਵੱਧ ਕੁਦਰਤੀ ਗੈਸ ਉਤਪਾਦਨ ਕਰੇਗਾ। ਇਜ਼ਰਾਈਲੀ ਸੰਸਦ 'ਚ ਨਿਆਂਪਾਲਿਕਾ ਦੀਆਂ ਸ਼ਕਤੀਆਂ ਖੋਣ ਦਾ ਬਿੱਲ ਪਾਸ ਕੀਤਾ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਖੋਜਕਰਤਾਵਾਂ ਨੇ ਦੁਨੀਆ ਦੇ ਸਭ ਤੋਂ ਡੂੰਘੇ ਬਲੂ ਹੋਲ ਦੀ ਖੋਜ ਕਿਸ ਦੇਸ਼ ਦੇ ਵਿੱਚ ਕੀਤੀ? ਹਾਂਜੀ, ਖੋਜਕਰਤਾਵਾਂ ਨੇ ਦੁਨੀਆ ਦੇ ਸਭ ਤੋਂ ਡੂੰਘੇ ਬਲੂ ਹੋਲ ਦੀ ਖੋਜ ਕੀਤੀ ਆ ਮੈਕਸੀਕੋ ਦੇ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਕਿਸ ਦੇਸ਼ ਨੇ ਹਾਲ ਹੀ ਵਿੱਚ ਵਿਸ਼ਵ ਬੈਂਕ ਤੋਂ $84 ਮਿਲੀਅਨ ਦੀ ਮਾਨਵਤਾਵਾਦੀ ਸਹਾਇਤਾ ਪ੍ਰਾਪਤ ਕੀਤੀ ਹੈ? ਹਾਂਜੀ, ਵਰਲਡ ਬੈਂਕ ਤੋਂ $84 ਮਿਲੀਅਨ ਦੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਅਫਗਾਨਿਸਤਾਨ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਫਗਾਨਿਸਤਾਨ ਦੀ ਕੈਪੀਟਲ ਕੀ ਆ? ਕਾਬੁਲ। ਸੋ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ। ਅਤੇ ਵਰਲਡ ਬੈਂਕ ਦੇ ਪ੍ਰੈਜੀਡੈਂਟ ਕੌਣ ਆ? ਅਜੇ ਬੰਗਾ। ਹੈੱਡਕੁਆਰਟਰ ਕਿੱਥੇ ਆ? ਵਾਸ਼ਿੰਗਟਨ DC ਦੇ ਵਿੱਚ, ਅਮੈਰੀਕਾ ਦੇ ਵਿੱਚ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।